ਖਬਰੇ ਨੇ ਫਰੀਦਕੋਟ ਤੋਂ ਜਿੱਥੇ ਫਰੀਦਕੋਟ ਦੇ ਭੋਲੂਵਾਲਾ ਰੋਡ ਨੇੜੇ ਰੇਲਵੇ ਫਾਟਕ ਕੋਲ ਲੰਬੇ ਸਮੇਂ ਤੋਂ ਸੜਕ ਟੁੱਟੀ ਹੋਣ ਕਾਰਨ ਨੇੜੇ ਪਿੰਡਾਂ ਦੇ ਲੋਕ ਤੇ ਫਾਟਕ ਨੇੜੇ ਰਹਿਣ ਵਾਲੇ ਦੁਕਾਨਦਾਰ ਤੇ ਸਕੂਲ ਨੂੰ ਜਾਣ ਵਾਲੇ ਬੱਚੇ ਬਹੁਤ ਪਰੇਸ਼ਾਨ ਨੇ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦੇ ਆ ਬਾਬਾ ਜੀਵਨ ਸਿੰਘ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਭੋਲੂਵਾਲਾ ਅਤੇ ਸਰਬਜੀਤ ਸਿੰਘ ਭੋਲੂਵਾਲਾ ਨੇ ਕਿਹਾ ਕਿ ਇਹ ਕੰਮ ਲੰਬੇ ਸਮੇਂ ਤੋਂ ਅਧੂਰਾ ਪਿਆ ਤੇ ਕੋਈ ਵੀ ਸਾਰ ਨਹੀਂ ਲੈ ਰਿਹਾ। ਆਉਣ ਜਾਣ ਵਾਲਿਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਤਰਸੇਮ ਸਿੰਘ ਸੇਮਾ ਭੱਟੀ ਨੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਫਰੀਦਕੋਟ ਗੁਰਦੀਪ ਸਿੰਘ ਸੇਖੋ ਤੋਂ ਟੁੱਟੀ ਸੜਕ ਜਲਦੀ ਬਣਵਾਉਣ ਦੀ ਮੰਗ ਕੀਤੀ ਹੈ। ਹੋਰ ਉਹਨਾਂ ਨੇ ਕੀ ਕਿਹਾ ਦੇਖੋ ਪੂਰੀ ਵੀਡੀਓ। ਪ੍ਰਧਾਨ ਭੋਲੂਵਾਲਾ ਜੀ, ਹਾਂਜੀ, ਕੀ ਸਮੱਸਿਆ ਹੈਗੀ ਜਿਹੜੇ ਸਾਨੂੰ ਇਹਦੀ? ਇੰਨੀ ਪੰਜ ਚਾਰ ਪਿੰਡ ਆ ਜੀ, ਇੱਕ ਤਾਂ ਸਾਨੂੰ ਟ੍ਰੈਫਿਕ ਦੀ ਬਹੁਤ ਸਮੱਸਿਆ, ਫਾਟਕ ਤੋਂ ਲੈ ਕੇ ਗਾਂ ਉਸ ਤੋਂ ਦੇਖਾ, ਇੱਕ ਇਹ ਵੇਖ ਲਓ ਵੀ 7-8 ਸਾਲ ਹੋ ਗਏ ਜੀ ਮਨਾਦ ਲੰਘੀ ਪਈ ਆ। ਕਈ ਤਾਂ ਸਾਡੇ ਇਹੋ ਜਿਹੇ ਬਜ਼ੁਰਗ ਗੁਜ਼ਰ ਗਏ ਦੇ ਤੇ ਜਿਹਨਾਂ ਨੂੰ ਐਮਰਜੈਂਸੀ ਲਿਆਉਣਾ ਪੈਂਦਾ ਸੀਗਾ, ਉਹ ਮੇਰੀ ਗੱਲ ਨਹੀਂ ਸਹੀ ਪਹੁੰਚੇ ਗਏ ਤੇ ਸੜਕ ਚੰਗੀ ਹੋ ਗਈ ਤਾਂ ਫੇਰ ਹੀ ਮਰੀਜ਼। ਕਿੰਨੀ ਦੇਰ ਤੋਂ ਸਮੱਸਿਆ ਇਸ ਸੜਕ ਦੀ ਹੈ? ਇਹ ਸੜਕ ਦੀ 3-4 ਸਾਲ ਹੋ ਗਏ ਜੀ। ਪੱਥਰ ਜਾ ਪਾ ਗਿਆ ਤੇ ਪੱਥਰ ਵੀ ਪਟ ਪਟ ਕੇ ਜਵਾਕਾਂ ਦੇ ਵੱਜਦੇ ਜਿਹੜੇ ਸਕੂਲ ਜਾਂਦੇ ਆ। ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਦੇ ਵੀ ਇਹ ਸੜਕ ਸਾਡੀ ਜੀ ਇਹਦੀ ਨਹੀਂ ਨਵੀਂ ਬਣ ਸਕਦੀ, ਇਹ ਰਿਪੇਅਰ ਹੀ ਕੀਤੀ ਜਾਵੇ ਇਹਦੀ। ਡਾਕਖਾਨੇ ਤੋਂ ਸ਼ੁਰੂ ਹੋ ਕੇ ਤੇ ਉੱਥੇ ਜਾਂਦੀ ਹੈ ਬਜਾਜ ਫੈਕਟਰੀ ਤੱਕ, ਜਮਾ ਖੱਡੇ ਹੈ ਹਰ ਸਾਲ ਇਹਦਾ ਆਹੀ ਹਾਲ ਰਹਿੰਦਾ। ਇਸ ਸੰਬੰਧ ਦੇ ਵਿੱਚ ਤੁਸੀਂ ਹਲਕਾ ਵਿਧਾਇਕ ਨੂੰ ਜਾਂ ਡੀਸੀ ਸਾਹਿਬ ਨੂੰ ਕਿਸੇ ਨੂੰ ਮੰਗ ਪੱਤਰ ਦਿੱਤਾ ਕਿ? ਮੰਗ ਪੱਤਰ ਵੀ 2-3 ਵਾਰੀ ਦਿੱਤਾ, ਨਹੀਂ ਕੁਛ ਸੁਣਦਾ ਕਿ ਅਸੀਂ ਲੰਘਦੇ ਹਾਂ, ਅਸੀਂ ਤਾਂ ਕਈ ਸਾਲ ਹੋ ਗਏ ਜੀ ਆਹ ਹਾਲ ਹੀ ਹੈ। ਕੀ ਮੰਗ ਕਰਦੇ ਹੋ? ਮੰਗ ਕਰਦੇ ਜੀ ਇਹਨੂੰ ਬਣਾ ਕੇ ਦੇ, ਸਾਫ਼ ਕਰਨ ਨੂੰ ਚੰਗੀ ਤਰ੍ਹਾਂ ਬਣਾਉਣਾ, ਕਿਰਾਂ ਵੱਟੇ ਜੇ ਪਾਤੇ ਮੁੜ ਕੇ ਫਿਰ ਨਹੀਂ ਆਇਆ ਕੋਈ ਇੱਥੇ। ਫਰੀਦਕੋਟ ਤੋਂ ਰਾਜਵਿੰਦਰ ਸਿੰਘ ਦੀ ਰਿਪੋਰਟ।